अरे बच्चों आपां तुहाडी जनरल पंजाबी दी पाठ पुस्तक दे विच पंजाबी सभ्याचार दे नाल जान पछाण ना दे जड़ा है ओ पोर्शन दे विचों इस दा दूजा पाठ पंजाब दे मेले ते त्योहार इस दा अध्ययन कीता सी ते तुहाडी पाठ पुस्तक दे विच दित्ते गए अभ्यास दे लई जड़े प्रश्न ने ओ आपां डिस्कस कर रहे सी ते डॉक्टर वंजारा बेदी जी द्वारा रचित इस लेख विच उन्हां ने बड़े ही ढुकवें ते भावपूर्त ढंग दे नाल पंजाबी मेलियां अते त्योहारां दी गल कीती है ते अगे एक पहला प्रश्न आपां जिहड़ा वस्तुनिष्ठ छोटा प्रश्न हुंदे ने छोटे प्रश्न हुंदे ने ओह कीते ने हुण आपां दूसरा प्रश्न जिहड़ा है ओह करन जा रहे हैं। इस दा उड़ा भाग है मेलियां दा किसी जाति दे लई की महत्व हुंदा है। हां बेटा मेलियां दे लई जिहड़ा है किसी जाति दा जिहड़ा है बहुत जिहड़ा है ओ वड्डा महत्व हुंदा है। इस जिहड़ा है इस दा महत्व जानन दे लई असी जिहड़ा है इस दा उत्तर इस तरह देवांगे किसी जाति दी संस्कृतिक नुहार मेलियां विचों पूरी तरह प्रतिबिंबित हुंदी है। प्रतिबिंबित होना उसका जिहड़ा बिंब नजर आना उसकी तस्वीर नजर आना ते मेलियां विच जाति पूरी खुल मानदी है लोग प्रतिभा निखरदी है प्रतिभा जिहड़ी हुंदी है जिहड़ा है साडे विच योग्यता जिहड़ी है ओह की है उसका निखार हुंदा है अते चरित्र का निर्माण हुंदा है चरित्र साडा करैक्टर हुंदा है साडा जिहड़ा है ओह असी मतलब की हां साडा जिहड़ा है समाज दे विच रुतबा जां मान सन्मान की है ओह प्रतिबिंबित हुंदा है। मेले मन परचावे ते समूहक मेल दे समूहक वसीले होण तों इलावा धार्मिक ते कलात्मक भावां दी तृप्ति भी करदे हन। तृप्ति मतलब हुंदा संतुष्टी करना वसीला हुंदा है जरिया जां ढंग इन्हां विचों जाति दा समुच्चा मन तालबद्ध होके नचदा है ते एक सुर होके गूंजदा है यानी कि एक सुर होके इस दे विचों गूंज पैंदी है ते मिठी गूंज जिहड़ी कन्नां नूं बहुत चंगी लगदी है। आड़ा भाग जिहड़ा तुहाडा प्रश्न दा हैगा ओह है मेला शब्द बीज रूप विच पंजाबी चरित्र विच ही समाया है दसो किवें। बीज बेटा कोई भी जिहड़ा पौधा है उसका मतलब जिहड़ा है पौधे दे लई जिहड़ा है पनपण दे लई उसकी जाति उसका वंश अगे चलन दे लई बीज की जरूरत पैंदी है। हां जी जां इह प्रश्न तुहानूं इस तरह पुछा जा सकता है मेलियां दा पंजाबी जीवन दे नाल की संबंध है। ਇਹ ਠੀਕ ਹੈ ਕਿ ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ ਰਚਿਆ ਮਿਚਿਆ ਹੋਇਆ ਹੈ। ਪੰਜਾਬੀ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ ਇਸੇ ਕਰਕੇ ਦੂਜੇ ਪ੍ਰਾਂਤਾਂ ਦੇ ਲੋਕ ਕਹਿੰਦੇ ਹਨ ਕਿ ਪੰਜਾਬੀ ਦੁਨੀਆਂ ਦੇ ਵਿਚ ਆਏ ਹੀ ਮੇਲਾ ਮਨਾਉਣ ਲਈ ਹਨ। ਹਾਂਜੀ ਕਿਉਂਕਿ ਮੈਂ ਬੇਟਾ ਜਿਹੜਾ ਅਧਿਐਨ ਦੇ ਵਿਚ ਤੁਹਾਨੂੰ ਇਹ ਵੀ ਦੱਸਿਆ ਸੀ ਵੀ ਜਿਹੜਾ ਪੰਜਾਬ ਦੇ ਵਿੱਚ ਦਾ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਪਿੰਡ ਹੋਵੇ ਜਿੱਥੇ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਜਿਹੜਾ ਇਹ ਮੇਲੇ ਨਾ ਲੱਗਦੇ ਹੋਣ। ਹਾਂਜੀ ਜਿੱਥੇ 7-8 ਪੰਜਾਬੀ ਇਕੱਠੇ ਹੋ ਜਾਣ ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ ਪਰ ਜਦੋਂ ਸੱਚਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੁੰਦਾ ਹੈ ਤਾਂ ਪੰਜਾਬੀਆਂ ਦਾ ਪਖਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਪੰਜਾਬੀ ਜੀਵਨ ਵਿੱਚ ਮੇਲਿਆਂ ਤੇ ਤਿਉਹਾਰਾਂ ਦਾ ਕਾਫਲਾ ਸਾਲ ਦੇ ਆਰੰਭ ਤੋਂ ਲੈ ਕੇ ਸਾਲ ਦੇ ਅੰਤ ਤੱਕ ਚੱਲਦਾ ਰਹਿੰਦਾ ਹੈ ਭਾਵ ਪੰਜਾਬ ਦੇ ਵਿੱਚ ਜਿਹੜੇ ਮੇਲੇ ਨੇ ਉਹ ਸਾਰਾ ਸਾਲ ਚੱਲਦੇ ਰਹਿੰਦੇ ਹਨ। ਪੰਜਾਬੀ ਜੀਵਨ ਵਿੱਚ ਮੇਲਿਆਂ ਤੇ ਤਿਉਹਾਰਾਂ ਦਾ ਕਾਫਲਾ ਹੁੰਦਾ ਇਕੱਠ। ਕੋਈ ਮਹੀਨਾ ਅਜਿਹਾ ਨਹੀਂ ਜਿਸ ਦੇ ਵਿੱਚ 2-3 ਮੇਲੇ ਜਾਂ ਤਿਉਹਾਰ ਨਾ ਆਉਂਦੇ ਹੋਣ ਜਿਨ੍ਹਾਂ ਵਿੱਚੋਂ ਪੰਜਾਬੀ ਜੀਵਨ ਜਿਹੜਾ ਖੁੱਲਾ ਮਾਣਦਾ ਤੇ ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦਾ ਹੈ। ਮੇਲਿਆਂ ਦਾ ਆਨੰਦ ਲੈਣ ਦਾ ਇਹ ਸਿਲਸਿਲਾ ਪੰਜਾਬੀ ਜੀਵਨ ਵਿੱਚ ਲਗਾਤਾਰ ਚੱਲਦਾ ਰਹਿੰਦਾ ਹੈ ਤੇ ਮੇਲੇ ਵਿੱਚ ਤਾਂ ਪੰਜਾਬੀ ਸੱਚਮੁੱਚ ਹੀ ਲਾੜਿਆਂ ਦੀ ਤਰ੍ਹਾਂ ਜਾਪਦੇ ਹਨ। ਲਾੜਿਆਂ ਦੀ ਤਰ੍ਹਾਂ ਜਿਹੜਾ ਹੈ ਉਹ ਮੇਲੇ ਵਿੱਚ ਫਿਰਦੇ ਹਨ। ਉਸ ਦਾ ਨਿੱਜ ਪੰਜਾਬੀ ਦਾ ਨਿੱਜ ਘੋੜੀ ਚੜਿਆ ਹੁੰਦਾ ਹੈ
ਇਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੇਲੇ ਬੀਜ ਰੂਪ ਦੇ ਵਿੱਚ ਪੰਜਾਬੀ ਜੀਵਨ ਦੇ ਵਿੱਚ ਸਮਾਏ ਹੋਏ ਹਨ। ਅੱਗੇ ਬੇਟਾ ਈੜੀ ਭਾਗ ਹੈ, ਪੰਜਾਬ ਦੇ ਮੇਲਿਆਂ ਦੀ ਕਿਹੜੀ ਕਿਹੜੀ ਵਿਸ਼ੇਸ਼ਤਾ ਹੈ। ਹਾਂਜੀ, ਪੰਜਾਬ ਦੇ ਜਿਹੜੇ ਮੇਲੇ ਨੇ, ਜਿਹੜੇ ਅੱਡ ਅੱਡ ਮੇਲੇ ਨੇ, ਇਹਨਾਂ ਦੀ ਵੱਖਰੀ ਵੱਖਰੀ ਵਿਸ਼ੇਸ਼ਤਾ ਹੈ, ਵਿਸ਼ੇਸ਼ਤਾ ਹੁੰਦੀ ਹੈ ਖਾਸੀਅਤ। ਹਾਂ, ਪੰਜਾਬ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਹੁੰਦਾ, ਵੱਖਰੀ ਸ਼ਖਸੀਅਤ, ਰੰਗ ਤੇ ਚਰਿੱਤਰ ਹੈ। ਇਹਨਾਂ ਦੀ ਬਹੁ ਰੰਗਤਾ ਪੰਜਾਬੀਆਂ ਦੀ ਬਹੁ ਪੱਖੀ ਜ਼ਿੰਦਗੀ ਦਾ ਹੁੰਗਾਰਾ ਭਰਦੀ ਹੈ। ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਦਿਲਕਸ਼ ਤੇ ਜਿਹੜਾ ਹੈ ਉਹ ਬਹੁ ਪੱਖੀ ਜਿਹੜਾ ਹੁੰਦਾ ਹੈ, ਇਹ ਮਨ ਨੂੰ ਲਭਾਉਂਦਾ ਹੈ। ਇਹ ਜਿਹੜਾ ਪੰਜਾਬੀ ਮੇਲੇ ਨੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦੇ ਹਨ। ਪੰਜਾਬ ਦੇ ਹਰ ਮੇਲੇ ਵਿੱਚ ਇੱਕ ਭਰਪੂਰ ਬਾਜ਼ਾਰ ਉਭਰ ਕੇ ਆਉਂਦਾ ਹੈ। ਆਪਾਂ ਬੇਟਾ ਜਾ ਕੇ ਦੇਖਦੇ ਹਾਂ ਬਾਜ਼ਾਰ, ਜਿਹੜਾ ਮੇਲਿਆਂ ਦੇ ਵਿੱਚ ਜਿਹੜੇ ਨੇ ਉਹ ਬਾਜ਼ਾਰ ਸਜੇ ਹੁੰਦੇ ਨੇ, ਥਾਂ ਥਾਂ ਤੇ ਸਪੀਕਰ ਲੱਗੇ ਹੁੰਦੇ ਨੇ, ਢੋਲੀ ਜਿਹੜੇ ਢੋਲ ਵਜਾਉਂਦੇ ਨੇ, ਨੱਚਦੇ ਨੇ, ਭਾਵ ਕਿ ਹਰ ਪਾਸੇ ਮਤਲਬ ਜਿਹੜਾ ਹੈ ਇਹ ਖੁਸ਼ੀ ਦਾ ਜਿਹੜਾ ਅਲੱਗ ਤਰ੍ਹਾਂ ਦਾ ਹੀ ਵਾਤਾਵਰਨ ਜਿਹੜਾ ਪੰਜਾਬੀ ਲੋਕਾਂ ਨੇ ਸਿਰਜਿਆ ਹੁੰਦਾ ਹੈ। ਪੰਜਾਬ ਦੇ ਹਰ ਮੇਲੇ ਦੇ ਵਿੱਚ ਬਾਜ਼ਾਰ ਸਾਨੂੰ ਦੇਖਣ ਨੂੰ ਮਿਲਦਾ ਹੈ, ਕਿਉਂਕਿ ਪੰਜਾਬੀ ਹਰ ਮੇਲੇ ਤੇ ਕੋਈ ਨਾ ਕੋਈ ਚੀਜ਼ ਜ਼ਰੂਰ ਖਰੀਦਦੇ ਹਨ। ਉਹ ਚੀਜ਼ ਇਸ ਕਰਕੇ ਖਰੀਦਦੇ ਹਨ ਕਿ ਉਹ ਮੇਲੇ ਦੀ ਨਿਸ਼ਾਨੀ ਦੇ ਤੌਰ ਤੇ ਜਿਹੜਾ ਹੈ ਹਰ ਕੋਈ ਨਾ ਕੋਈ ਚੀਜ਼ ਕਰ ਲਿਆਉਂਦੇ ਹਨ, ਤਾਂ ਜੋ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੁੰਦੇ ਹਨ ਕਿ ਜਿਹੜੇ ਨੇ ਵੀ ਫਲਾਣੇ ਮੇਲੇ ਦੇ ਵਿੱਚ ਅਸੀਂ ਫਲਾਣੇ ਸਮੇਂ ਤੇ ਇਹ ਚੀਜ਼ ਖਰੀਦੀ ਸੀ। ਮੇਲਿਆਂ ਦੇ ਬਾਜ਼ਾਰ ਦੇ ਵਿੱਚ ਖਾਣ ਪੀਣ, ਸ਼ਿੰਗਾਰ, ਖਿਡੌਣਿਆਂ ਤੇ ਦਿਲ ਪਰਚਾਵੇ ਦੀਆਂ ਵੰਨ ਸਵੰਨੀਆਂ ਭਾਂਤ ਭਾਂਤ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਉਭਰ ਕੇ ਸਾਹਮਣੇ ਆਉਂਦੀਆਂ ਹਨ। ਹਾਂ ਬੇਟਾ, ਅੱਗੇ ਜਿਹੜਾ ਹੈ ਆਪਾਂ ਜਿਹੜੀ ਹੈ ਉਹ ਗੱਲ ਕਰਾਂਗੇ ਵੀ ਪੰਜਾਬ ਦੇ ਜਿਹੜੇ ਨੇ ਉਹ ਮੌਸਮੀ ਮੇਲੇ ਕਿਹੜੇ ਕਿਹੜੇ ਹਨ ਤੇ ਇਹਨਾਂ ਦੇ ਵਿੱਚ ਹਰ ਜਿਹੜਾ ਇਹਨਾਂ ਦੇ ਵਿੱਚੋਂ ਕਿਸੇ ਇੱਕ ਮੇਲੇ ਦਾ ਜਿਹੜਾ ਹੈ ਵਰਣਨ ਕਰੋ। ਹਾਂਜੀ, ਪੰਜਾਬ ਦੇ ਜਿਹੜੇ ਆਪਾਂ ਬੇਟਾ ਮੇਲਿਆਂ ਦੀ ਗੱਲ ਕਰਾਂਗੇ, ਮੇਲਿਆਂ ਦੇ ਵਿੱਚ ਅਸੀਂ ਗੱਲ ਕੀਤੀ ਸੀ ਮੌਸਮੀ ਮੇਲੇ ਜਿਹੜੇ ਨੇ ਉਹ ਕਿਹੜੇ ਕਿਹੜੇ ਹਨ, ਭਾਵ ਅਜਿਹੇ ਮੇਲੇ ਜਿਹੜੇ ਮੌਸਮ ਦੇ ਅਨੁਸਾਰ ਜਿਹੜੇ ਨੇ ਉਹ ਲੱਗਦੇ ਹਨ। ਹਾਂ, ਅੱਗੇ ਬੇਟਾ ਆਪਾਂ ਜਿਹੜਾ ਹੈ ਉਹ ਇਹਦਾ ਉੱਤਰ ਤੁਸੀਂ ਜਾਣੋ, ਇਸ ਦੇ ਉੱਤਰ ਦੇ ਵਿੱਚ ਜਿਹੜਾ ਹੈ ਉਹ ਆਪਾਂ ਜਵਾਬ ਤੁਹਾਨੂੰ ਦੇਵਾਂਗੇ ਕਿ ਹਾਂਜੀ ਮੌਸਮੀ ਮੇਲਿਆਂ ਦੇ ਵਿੱਚ ਮੌਸਮੀ ਮੇਲੇ ਉਹ ਹਨ ਜਿਹੜੇ ਕਿਸੇ ਖਾਸ ਮੌਸਮ ਦੇ ਵਿੱਚ ਲੱਗਦੇ ਹਨ। ਇਹਨਾਂ ਦਾ ਵਿੱਚ ਜਿਹੜਾ ਬਸੰਤ ਪੰਚਮੀ, ਹੋਲੀ, ਹੋਲਾ ਮਹੱਲਾ, ਵਿਸਾਖੀ ਤੇ ਤੀਆਂ ਆਦਿ ਪੰਜਾਬ ਦੇ ਮੁੱਖ ਮੌਸਮੀ ਮੇਲੇ ਹਨ। ਹਾਂਜੀ, ਇਹਨਾਂ ਦੇ ਵਿੱਚ ਬੇਟਾ ਆਪਾਂ ਤੁਸੀਂ ਕਿਸੇ ਦੀ ਵੀ ਚਰਚਾ ਕਰ ਸਕਦੇ ਹੋ, ਸਾਰਿਆਂ ਦੇ ਬਾਰੇ ਆਪਾਂ ਪਾਠ ਦੇ ਵਿੱਚ ਚਰਚਾ ਕੀਤੀ ਹੈ ਤੇ ਇੱਥੇ ਮੈਂ ਜਿਹੜਾ ਤੁਹਾਨੂੰ ਹੈ ਬਸੰਤ ਪੰਚਮੀ ਦੇ ਬਾਰੇ ਦੱਸਾਂਗਾ। ਇਹਨਾਂ ਵਿੱਚੋਂ ਬਸੰਤ ਪੰਚਮੀ ਦਾ ਮੇਲਾ ਬਸੰਤ ਰੁੱਤ ਦੇ ਆਰੰਭ ਹੋਣ ਤੇ ਬੜਾ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਜਿਹੜਾ ਹੈ ਉਹ ਥਾਂ ਥਾਂ ਤੇ ਨਿੱਕੇ ਵੱਡੇ ਮੇਲੇ ਲੱਗਦੇ ਹਨ। ਇਹਨਾਂ ਦਿਨਾਂ ਦੇ ਵਿੱਚ ਲੋਕ ਬਸੰਤੀ ਕੱਪੜੇ, ਬਸੰਤੀ ਯਾਨੀ ਕਿ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ ਅਤੇ ਬਸੰਤੀ ਹਲਵਾ ਹੁੰਦਾ ਕੜਾ ਬਣਾਉਂਦੇ ਹਨ ਤੇ ਪਟਿਆਲੇ ਤੇ ਛੇਹਰਟੇ ਦੇ ਬਸੰਤ ਪੰਚਮੀ ਦੇ ਮੇਲੇ ਬਹੁਤ ਪ੍ਰਸਿੱਧ ਹਨ ਤੇ ਵੰਡ ਤੋਂ ਪਹਿਲਾਂ ਲਾਹੌਰ ਦੇ ਵਿੱਚ ਹਕੀਕਤ ਰਾਏ ਧਰਮੀ ਦੀ ਸਮਾਧ ਤੇ ਬੜਾ ਭਾਰੀ ਮੇਲਾ ਲੱਗਦਾ ਸੀ। ਵੀਰ ਹਕੀਕਤ ਰਾਏ ਨੂੰ ਆਪਣੇ ਧਰਮ ਦੇ ਵਿੱਚ ਪੱਕਾ ਰਹਿਣ ਕਰਕੇ ਜਿਹੜਾ ਹੈ ਉਸਦਾ ਜਿਹੜਾ ਸੀ ਵੀ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਇਸ ਕਰਕੇ ਉਸਦੇ ਯਾਦ ਦੇ ਵਿੱਚ ਵੀ ਇਹ ਮੇਲੇ ਜਿਹੜੇ ਨੇ ਲੱਗਦੇ ਹਨ। ਅੱਗੇ ਬੇਟਾ ਆਪਾਂ ਜਿਹੜੀ ਗੱਲ ਕਰਾਂਗੇ ਤੁਹਾਡੇ ਪੰਜਾਬ ਦੇ ਜਿਹੜੇ ਮੇਲੇ ਨੇ ਉਹ ਆਪਣੇ ਹਾਂਜੀ ਅੱਗੇ ਜਿਹੜੀ ਹੈ ਉਹ ਆਪਾਂ ਚਰਚਾ ਕਰਦੇ ਹਾਂ ਵੀ ਦੇਵੀ ਪੰਜਾਬ ਦੇ ਮੁੱਖ ਮੌਸਮੀ ਮੇਲਿਆਂ ਦੀ ਆਪਾਂ ਚਰਚਾ ਕਰ ਲਈ ਹੈ ਤੇ ਅੱਗੇ ਆਪਾਂ ਗੱਲ ਕਰਨੀ ਹੈ ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ ਤੇ ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਦਾ ਵਰਣਨ ਕਰੋ। ਹਾਂਜੀ, ਦੇਵੀ ਮਾਤਾ ਦੇ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਯਾਨੀ ਕਿ ਮਨਾਉਣ ਦੇ ਲਈ
ਲੱਗਦੇ ਹਨ ਤੇ ਦੇਵੀ ਮਾਤਾ ਦੀ ਪੂਜਾ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ, ਮੁੱਢ ਕਦੀਮ ਤੋਂ ਸ਼ੁਰੂ ਤੋਂ ਚੱਲੀ ਆ ਰਹੀ ਹੈ। ਹੜੱਪਾ ਤੇ ਮਹਿੰਜੋਦੜੋ ਦੀ ਖੁਦਾਈ ਤੋਂ ਮਿਲੀਆਂ ਮੂਰਤੀਆਂ ਤੋਂ ਦੇਵੀ ਮਾਤਾ ਦੀ ਪੂਜਾ ਜਿਹੜੀ ਹੈ ਦੇ ਪੁਰਾਤਨ ਪ੍ਰਮਾਣ ਮਿਲਦੇ ਹਨ, ਪ੍ਰਮਾਣ ਸਬੂਤ ਮਿਲਦੇ ਹਨ। ਇਹ ਮੇਲੇ ਦੇਵੀ ਮਾਤਾ ਦੀ ਕਰੋਪੀ ਤੋਂ ਬਚਣ ਦੇ ਲਈ ਤੇ ਉਸ ਨੂੰ ਖੁਸ਼ ਕਰਨ ਦੇ ਲਈ ਪੁਰਾਤਨ ਕਾਲ ਤੋਂ ਲੱਗਦੇ ਆ ਰਹੇ ਹਨ, ਮੁੱਢ ਕਦੀਮ ਤੋਂ ਲੱਗਦੇ ਆ ਰਹੇ ਹਨ। ਪੁਰਾਤਨ ਹੁੰਦਾ ਹੈ ਪ੍ਰਾਚੀਨ ਕਾਲ ਤੋਂ। ਸਾਂਝੀ ਦੇਵੀ ਦੀ ਪੂਜਾ ਮੇਲੇ ਆਪਾਂ ਗੱਲ ਕਰਾਂਗੇ। ਸਾਂਝੀ ਦੇਵੀ ਦੀ ਪੂਜਾ ਕਰਨ ਦੇ ਲਈ ਪਹਿਲੇ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਜਿਹੜੀ ਹੈ ਉਹ ਬਣਾ ਲਈ ਜਾਂਦੀ ਹੈ। ਉਸ ਨੂੰ ਫੁੱਲਾਂ ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ ਤੇ ਇਸ ਇੱਕ ਪਾਸੇ ਚੰਨ ਚੜ੍ਹਦਾ ਹੈ ਤੇ ਦੂਜੇ ਪਾਸੇ ਸੂਰਜ ਡੁੱਬਦਾ ਦਿਖਾਇਆ ਜਾਂਦਾ ਹੈ। ਕਈ ਘਰਾਂ ਵਿੱਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਤੇ ਉਸ ਦਾ ਚਿੱਤਰ ਹੀ ਬਣਾਇਆ ਜਾਂਦਾ ਹੈ ਤੇ ਪੂਜਾ ਜਿਹੜੀ ਹੈ ਹਰ ਰੋਜ਼ ਸ਼ਾਮ ਵੇਲੇ ਜਿਹੜਾ ਹੈ ਉਹ ਕੀਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਸਰਗੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ ਨਾਲੇ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਹਾਂ ਬੇਟਾ, ਇਹ ਆਪਾਂ ਸਾਂਝੀ ਦੇਵੀ ਦੀ ਪੂਜਾ ਦੀ ਗੱਲ ਕੀਤੀ ਹੈ। ਅੱਗੇ ਗੁਰੂ ਸਾਹਿਬਾਂ ਦੀ ਸਮ੍ਰਿਤੀ ਦੇ ਵਿੱਚ ਪੰਜਾਬ ਵਿੱਚ ਕਿਹੜੇ ਕਿਹੜੇ ਮੇਲੇ ਲੱਗਦੇ ਹਨ ਤੇ ਕਿਸੇ ਇੱਕ ਮੇਲੇ ਦਾ ਵਰਣਨ ਕਰੋ। ਆਪਾਂ ਬੇਟਾ ਪਾਠ ਦੇ ਅਧਿਐਨ ਦੇ ਵਿੱਚ ਬੜੀ ਚੰਗੀ ਤਰ੍ਹਾਂ ਜਿਹੜਾ ਇਹ ਕੀਤਾ ਸੀ, ਫਿਰ ਵੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਪੰਜਾਬ ਵਿੱਚ ਗੁਰੂ ਸਾਹਿਬਾਂ ਦੇ ਪਾਵਨ ਸਥਾਨਾਂ ਉੱਤੇ ਖਾਸ ਖਾਸ ਮੌਕਿਆਂ ਉੱਤੇ ਮੇਲੇ ਲੱਗਦੇ ਹਨ। ਪੱਛਮੀ ਪੰਜਾਬ ਵਿੱਚ ਪੰਜਾ ਸਾਹਿਬ ਵਿਖੇ ਪੂਰਨਮਾਸੀ ਨੂੰ ਮੇਲਾ ਲੱਗਦਾ ਸੀ ਤੇ ਗੁਰੂ ਅਰਜਨ ਦੇਵ ਜੀ ਦੇ ਪੂਰਬੀ ਦਿਵਸ ਉੱਤੇ ਡੇਰਾ ਸਾਹਿਬ ਲਾਹੌਰ ਵਿੱਚ ਭਾਰੀ ਜੋੜ ਮੇਲਾ ਲੱਗਦਾ ਸੀ। ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਉੱਤੇ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰੀ ਮੇਲਾ ਲੱਗਦਾ ਸੀ। ਇਹ ਮੇਲਾ ਕਿਸੇ ਹੱਦ ਤੱਕ ਹੁਣ ਵੀ ਲੱਗਦਾ ਹੈ। ਇਨ੍ਹਾਂ ਤੋਂ ਇਲਾਵਾ ਮਾਘੀ ਦੇ ਦਿਨ ਮੁਕਤਸਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ 40 ਮੁਕਤਿਆਂ ਦੀ ਟੁੱਟੀ ਗੰਢੀ ਸਬੰਧੀ ਭਾਰੀ ਮੇਲਾ ਲੱਗਦਾ ਹੈ। ਚੇਤ ਵਧੀ ਪਹਿਲੀ ਨੂੰ ਅਨੰਦਪੁਰ ਸਾਹਿਬ ਵਿਖੇ, ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜਾ ਹੈ ਹੋਲੇ ਮੁਹੱਲੇ ਦਾ ਮੇਲਾ ਲੱਗਦਾ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੰਘਾਂ ਨੂੰ ਯੁੱਧ ਵਿਦਿਆ ਵਿੱਚ ਨਿਪੁੰਨ ਕਰਨ ਲਈ ਉਨ੍ਹਾਂ ਦੇ ਮੁਕਾਬਲਿਆਂ ਦੇ ਰੂਪ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਤਰਨ ਤਾਰਨ ਵਿਖੇ ਹਰ ਮੱਸਿਆ ਨੂੰ ਲੱਗਣ ਵਾਲੇ ਮੇਲੇ ਵਿੱਚ ਲੋਕ ਭਾਰੀ ਗਿਣਤੀ ਵਿੱਚ ਪਹੁੰਚਦੇ ਹਨ। ਇਨ੍ਹਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਮੋਰਿੰਡਾ, ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਜੋੜ ਮੇਲੇ ਲੱਗਦੇ ਹਨ। ਹਾਂਜੀ, ਮੁਕਤਸਰ ਸਾਹਿਬ ਦਾ ਮੇਲਾ, ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿੱਚ ਲੱਗਦਾ ਹੈ। ਇਸ ਦਾ ਸਬੰਧ 1705 ਈਸਵੀ ਦੀ ਜਿਹੜਾ ਹੈ ਉਸ ਘਟਨਾ ਨਾਲ ਹੈ, ਜਦੋਂ ਸਰਹੰਦ ਦੇ ਸੂਬੇ ਵਜ਼ੀਰ ਖਾਂ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਹੋਈਆਂ ਮਾਲਵੇ ਦੇ ਇਲਾਕੇ ਵਿੱਚ ਆਈਆਂ ਤਾਂ ਸਿੰਘਾਂ ਨੇ ਖਿਦਰਾਨੇ, ਅਜੋਕਾ ਨਾਮ ਅੱਜ ਦਾ ਨਾਮ ਮੁਕਤਸਰ ਹੈ, ਦੀ ਢਾਬ ਦੇ ਕੰਢੇ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਯੁੱਧ ਦੇ ਵਿੱਚ 40 ਸਿੰਘ ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਦੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਤੇ ਬੇਦਾਵਾ ਪਾੜ ਦਿੱਤਾ ਤੇ ਉਨ੍ਹਾਂ ਨਾਲ ਟੁੱਟੀ ਗੰਢ ਲਈ। ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਤੇ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਰੱਖਿਆ। ਮਾਘੀ ਵਾਲੇ ਦਿਨ ਸੰਗਤਾਂ ਹੁੰਮ ਹੁਮਾ ਕੇ ਆਉਂਦੀਆਂ ਹਨ ਅਤੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਹਾਂ ਬੇਟਾ, ਇਹ ਜਿਹੜਾ ਸੀ ਤੁਹਾਡਾ ਮਤਲਬ ਜਿਹੜਾ ਸੀ ਉਹ ਆਪਾਂ ਪ੍ਰਸ਼ਨ ਜਿਹੜੇ ਬਾਕੀ ਕੰਟੀਨਿਊ ਰੱਖਾਂਗੇ ਅੱਗੇ। ਇਹ ਜਿਹੜਾ ਤੁਹਾਡਾ ਮਤਲਬ ਜਿਹੜਾ ਸੀ 7ਵਾਂ ਲੈਕਚਰ ਜਿਹੜਾ ਸੀ ਮੈਂ ਤੁਹਾਨੂੰ ਇਹ ਦਿੱਤਾ ਹੈ, ਇਸ ਨੂੰ ਧਿਆਨ ਨਾਲ ਕਰੋ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਜਿਹੜਾ ਹੈ ਪੜ੍ਹਾਈ ਜਿਹੜੀ ਆਪਣੀ ਜਾਰੀ ਰੱਖੋਗੇ। ਥੈਂਕ ਯੂ ਵੈਰੀ ਮੱਚ, ਸਟੇ ਹੋਮ, ਬੀ ਸੇਫ, ਓਕੇ।